ਇੱਥੇ ਜ਼ਿਆਦਾਤਰ ਆਬਾਦੀ ਨਹੀਂ ਸੀ ਇਸ ਇਲਾਕੇ ਦੇ ਵਿੱਚ, ਦੁਕਾਨਾਂ ਔਰ ਘਰ ਵਗੈਰਾ। ਚੌਕ ਹੈ ਜੀਆਂ ਦੇ ਮੇਨ ਚੌਕ ਮੀਆਂ, ਜਿੱਥੇ ਮੇਨ ਖੂਹ ਹੁੰਦਾ ਸੀ ਇਹ ਜਗ੍ਹਾ 'ਤੇ ਖੂਹ ਹੁੰਦਾ ਸੀ। ਤੱਕ ਬੰਦ ਗਿਆ ਸੀ ਇਸ ਚੀਜ਼ ਦਾ ਕਰ ਰਿਹਾ ਸਰਵੇ। ਜਿਹੜੀ 1915 ਦੀ ਬਣੀ ਹੋਈ ਹੈ ਤੇ ਇਹ ਮੇਨ ਚੌਕ, ਇਸ 'ਤੇ ਇੱਕ ਦੋ ਗਲੀਆਂ ਅਗਲੀ ਸਾਈਡ 'ਤੇ ਪੁਰਾਣੀ ਆਬਾਦੀ ਹੋਈ। ਮੈਂ ਇਸ ਵਕਤ ਵਿਜੀਆਂ ਵਾਲੇ 'ਚ ਮੌਜੂਦ ਹਾਂ ਔਰ ਇਹ ਚੌਕ ਹੈ ਸੀ ਜਿੱਥੇ ਖੂਹ ਹੁੰਦਾ ਸੀ ਔਰ ਹਿੰਦੂ ਮੁਸਲਿਮ ਇੱਥੋਂ ਸਾਰੇ ਰਲ ਕੇ ਪਾਣੀ ਭਰਦੇ ਆ ਸਨ। ਇਹ ਟਰਾਂਸਫਾਰਮਰ, ਉੱਥੇ ਦੁਕਾਨਾਂ ਹੁੰਦੀਆਂ ਸੀ ਜਿੱਥੇ ਹੁਣ ਘਰ ਗੁਰ ਬਣ ਗਏ। ਜਿਹਨੀ ਕਿ ਬੇਸਿਕ ਵੱਡਾ ਚੌਕ ਇਹ ਹੀ ਹੈ ਵੀ ਜੀਆਂ ਵਾਲੇ ਦਾ। ਕੋਈ ਯਾਦ ਨਹੀਂ ਰਹਿ ਗਈ ਅਸੀਂ ਬਈ, ਕਾਫੀ ਅਰਸਾ ਹੋ ਗਿਆ। ਜਦੋਂ ਬੰਦਾ ਪਿਆ ਹੁੰਦਾ ਮੰਜੇ ਉੱਤੇ ਲੇਟਦੇ ਲੇਟਦੇ ਕੋਈ ਖਿਆਲ ਕਿੱਦਾਂ ਹੁੰਦਾ ਕਿ ਬਚਪਨ 'ਚ ਲੱਗਾ ਹੁੰਦਾ ਯਾਰ ਨਿੱਕੇ ਹੁੰਦੇ ਆ? ਉਹ ਯਾਦ ਤਾਂ ਆਉਂਦੇ ਨੇ ਬੈ ਸ਼ਕਲ ਦੇ ਹਨ, ਫਿਰ ਉਹ ਨਾਂ ਭੁੱਲ ਗਿਆ ਸਾਨੂੰ ਉਹਨਾਂ ਦੇ, ਅਜੀਬ ਹਿੰਦੂਆਂ ਦੇ ਅਜੀਬ ਜਿਹੇ ਨਾਂ ਹੁੰਦੇ ਹਨ ਸਾਨੂੰ, ਉਹ ਉਹਨਾਂ ਦੇ ਨਾਂ ਬੱਚਿਆਂ ਦੇ, ਫਿਰ ਉਹਨਾਂ ਵਡੇਰਿਆਂ ਦੇ। ਸਾਡੀ ਸਮਾਜ ਅੱਛੇ ਲੋਕ ਹਨ, ਮਾੜੇ ਕਿਸੇ 'ਤੇ ਜਾਤੀ ਨਾਨ ਕਰਦੇ, ਕੋਈ ਘਰ ਮਰ ਹੋ ਜਾਵੇ ਤਾਂ ਕੋਈ ਛੋੜ ਦਿੰਦੇ ਹਨ। ਹਾਂ ਉਹ ਜਿਵੇਂ ਵਿਆਹ 'ਚ ਪੈਸੇ ਲੈਂਦੇ ਨੇ, ਅਸਲ 'ਚ ਇਹ ਵੀ ਤਾਂ ਮੈਂ ਵੇਖਿਆ ਨਾ ਕਿ ਬਈ ਉਹ ਆਦੇ ਹਨ ਕਿ ਬਈ ਚਾਰ ਅੰਨ ਦਾ ਸੌਦਾ, ਇਹਨੇ ਚਾਰ ਅੰਨ ਸੌਦੇ ਦੇ, ਚਾਰ ਅੰਨ ਸੌਦੇ ਆਲੇ ਦੇ, ਅੱਠ ਅੰਨੇ ਕਰਕੇ ਇੰਝ ਲਿਖਦੇ ਹਨ। ਉਹ ਇੱਥੇ ਕੋਈ ਇਸ ਤਮੀਜ਼ ਕੋਈ ਨਹੀਂ ਹੋਈ, ਉਹਨਾਂ ਕਹਿ ਵਡੇਰੇ ਦੱਸਿਆ ਬਈ ਉਹਨਾਂ ਸੱਥ ਸੂਦ ਲੈਂਦੇ ਹਨ ਜਾਂ ਕੁਝ ਨਹੀਂ ਲੈਂਦੇ, ਜੋ ਲਿਆ ਉਹ ਲਿਖ ਦਿੱਤਾ ਉਹ ਲੈ ਲੈਣਾ ਲੈਣਾ ਫਸਲ 'ਤੇ, ਅਗਰ ਫਸਲ 'ਤੇ ਰਹਿ ਗਿਆ ਕੁਝ ਤਾਂ ਦੂਈ ਫਸਲ 'ਤੇ ਲੈ ਲੈਂਦੇ। ਤੰਗੀ ਤੁਸੀਂ ਨਾ ਕਰ, ਨਹੀਂ ਬੰਦੇ ਅੱਛੇ ਹਨ। ਅੱਛਾ ਤੁਹਾਡੇ ਜ਼ਮਾਨੇ ਕੋਈ ਜਿਵੇਂ ਚੱਕਾਂ ਦੇ ਵਿੱਚ ਕੋਈ ਲੜਾਈ ਹੁੰਦੀ ਹੈ, ਕੋਈ ਕਿਸੇ ਦੀ ਚੋਰੀ ਡਕੈਤੀ ਹੁੰਦੀ, ਕੋਈ ਪੁਲਿਸ ਆਈ ਹੋਈ ਹੋਵੇ, ਕੋਈ ਉਹ ਜਿਹਾ ਵਾਕਿਆ ਯਾਦ ਆਉਂਦਾ ਤੁਹਾਨੂੰ? ਦੇਖੋ ਜੀ, ਸਨ ਜੰਗ 71 ਨਹੀਂ 47 ਤੋਂ, 47 ਦੀ ਗੱਲ ਕਰੀ, 47 ਦੀ ਗੱਲ, ਹਾਂਜੀ ਪਿੱਛੇ ਸਿੱਧੇ, ਹਾਂ ਕਿਉਂਕਿ ਆਪਣਾ ਸਾਡਾ ਪੀਰੀਅਡ ਜਿਹੜਾ 47 ਤੱਕ ਦਾ ਗਿਆ। ਅੱਛਾ ਸ਼ਾਮ 47 ਤਾਂ ਸਾਨੂੰ ਇੰਨੀ ਯਾਦ ਤਾਂ ਇਤਨਾ ਹੈ ਬਈ ਇਨਕਲਾਬ ਆਇਆ, ਹਿੰਦੂ ਸਿੱਖ ਇਸ ਰੋਡ 'ਤੇ ਟੱਪੇ, ਗਾਡਿਆਂ ਸ਼ਾਡਿਆਂ ਦੇ ਚੜ੍ਹੇ, ਉਹਨਾਂ ਬਾਲ ਬੱਚੇ ਬਾਲ ਇੱਥੇ ਕਹਿ, ਉਹਨਾਂ ਨੂੰ ਕੁਛ ਨਹੀਂ ਆ ਗਿਆ, ਹੋਰ ਅਮਨ ਚੱਲੇ ਆਪਣਾ ਸਮਾਨ ਸਮੂਨ ਜਿਹਦੇ ਨਾਲ ਲੱਦ ਸਕਦੇ ਹਾਂ, ਲੈ ਗੱਡਿਆਂ 'ਤੇ ਲੱਡਿਆ ਨੇ ਉਹ ਲੈ ਗਏ ਹਨ, ਪਤਾ ਨਹੀਂ ਅੱਗਾਂ ਲੈ ਗਿਆ ਕਿ ਨਾਲ ਲੈ ਗਿਆ ਅਗਲਾ, ਪਤਾ ਸਾਨੂੰ ਕੋਈ ਨਹੀਂ। ਅਤੇ ਬਹਰਹਾਲ ਇੱਥੋਂ ਇਹ ਚੱਕ ਜਿਹੜੇ ਹਨ 84, 81, 82, 79 ਇਹ ਪੂਰਾ ਮਨ ਗੁਜ਼ਰ ਗਏ, ਸਿਰਫ ਬੰਜਾਰੀ ਜਿਹੜਾ ਉਹ ਥੋੜ੍ਹਾ ਜਿਹਾ ਉੱਥੇ ਲੜਾਈ ਲੜੋਈ ਹੋਈ, ਉਹ ਬੰਦੇ ਹੀ ਮਾਰੇ ਉੱਥੇ ਉਹਨਾਂ ਦੋ। ਵਾਹਿਗੁਰੂ ਅਸਲਾਮ, ਕੀ ਹਾਲ ਚਾਲ? ਬਸ ਠੀਕ, ਬਸ। ਅੱਛਾ ਆਪਣਾ ਨਾਮ ਦੱਸਿਆ ਜੀ? ਮੁਹੰਮਦ ਦਿਲਮੀਰ। ਮੁਹੰਮਦ ਦਿਲਮੀਰ ਸਾਹਿਬ, ਤੁਹਾਡੇ ਅੱਬਾ ਜੀ ਦਾ ਨਾਂ ਕੀ? ਮੀਆਂ ਮੁਰਾਦ।
ਮੀਆਂ ਮੁਰਾਦ ਆਪਣੀ ਕੌਣ ਮੇਕਣ ਮੇਕਣ ਅੱਛਾ ਤੁਸੀਂ ਇਸ ਵਕਤ ਕਿਹੜੇ ਮਤਲਬ ਚੱਕ ਚ ਰਹਿੰਦੇ ਹੋ 67-15 ਬਿਜੀਆਂ ਵਾਲਾ 67-15 ਬਿਜੀਆਂ ਵਾਲਾ ਅਤੇ ਤੁਹਾਡੀ ਜੰਮਪਲ ਇੱਥੋਂ ਆਉਂਦੀ ਹੈ ਬਿਲਕੁਲ ਇੱਥੇ ਸੰਨ 37 ਦੀ ਪੈਦਾਇਸ਼ ਮਾਸ਼ਾਅੱਲਾ ਸੰਨ 37 ਦੀ ਪੈਦਾਇਸ਼ ਇਹਦਾ ਮਤਲਬ ਕਿ ਤੁਸੀਂ ਮੁੜ ਉਸਲੇ ਆਪਣੇ ਵਸੇਬ ਵਿੱਚ ਜਿਹੜੇ ਇੱਥੇ ਹਿੰਦੂ ਰਹਿੰਦੇ ਹਨ ਜਾਂ ਜਿਹੜਾ ਵਸੇਬ ਜੋ ਵੀ ਲੋਕ ਰਹਿੰਦੇ ਹਨ ਤੋ ਸਾਨੂੰ ਕੋਈ ਨਾ ਕੋਈ ਸਮਾਨ ਲਾਹੌਰ ਸੀ ਉਸ ਲੈ ਕੇ ਬੜਾ ਸਮਾਲਾ ਬੜਾ ਦੁਕਾਨਾਂ ਉਹਨਾਂ ਦੀਆਂ ਅੱਛਾ ਉਹਨਾਂ ਦੁਕਾਨਾਂ ਦੇ ਸਭ ਦੇ ਛੋਟੇ ਮੋਟੇ ਸਾਰੇ ਮਿਲਦੇ ਆ ਜ਼ਰਾ ਕੋਈ ਦੱਸੋ ਆਪਣੇ ਬਚਪਨ ਦੇ ਵੇਲੇ ਵੇਲੇ ਇੱਥੇ ਕਿਹੜੇ ਕਿਹੜੇ ਬਈ ਉਸ ਲੈ ਰਹਿੰਦੇ ਆ ਦੁਕਾਨਦਾਰ ਕਿਹੜੇ ਕਿਹੜੇ ਹਨ ਇੱਕ ਹੈ ਮੀਆਂ ਧਰਮਚੰਦ ਵੱਡਾ ਅੱਛਾ ਇੱਕ ਧਰਮਚੰਦ ਛੋਟਾ ਠੀਕ ਹੈ ਇੱਕ ਪ੍ਰਕਾਸ਼ ਹਾਂ ਹਾਂ ਇਹ ਨਾਮ ਇਹਨੂੰ ਯਾਦ ਨਹੀਂ ਪਤਾ ਨਹੀਂ ਇਹ ਦੁਕਾਨਾਂ ਇਹਨਾਂ ਦੀ ਕੀ ਸ਼ਾਦੀ ਬਣੀ ਹੋਈਆਂ ਇਹ ਕਰਿਆਨੇ ਦੀ ਅੱਛਾ ਕਿਰਿਆਨੇ ਕਰਿਆਨੇ ਬਲਕਿ ਦੋ ਮੁਰਬੇ ਰਕਬਾ ਵੀ ਉਹਨਾਂ ਦਾ ਇੱਥੇ ਹੈ ਕਰੀਬੀ ਰਿਸ਼ਤੇਦਾਰੀਆਂ ਆਣ ਜਾਣ ਲੈਣ ਉਹਨਾਂ ਦਾ ਖਾਨੇਵਾਲ ਇਨਕਲਾਬ ਆਇਆ ਨਾ ਉਸ ਤੋਂ ਪਹਿਲੇ ਉਹ 6 ਮਹੀਨੇ ਖਾਨੇਵਾਲ ਚਲੇ ਗਏ ਜਿਹੜੀ ਇੱਥੇ ਉਹਨਾਂ ਦੀ ਦੁਕਾਨ ਆਈ ਨਾ ਉਹ ਸਾਹਮਣੇ ਦੀਵਾਰ ਹੈ ਜਿੱਥੇ ਇੱਥੇ ਬੜੀ ਵੱਡੀ ਬੇਰ ਹੀ ਹੁੰਦੀ ਹੈ ਇੱਥੇ ਕਮਾ ਜਿੱਥੇ ਆ ਖੰਬਾ ਕਲਾ ਇਹਦੇ ਨਾਲ ਪਰ ਖੂਹ ਖੂਹ ਜਿਹੜਾ ਕਿ ਕਿਸੇ ਵਕਤ ਹਿੰਦੂਆਂ ਦੇ ਵਕਤ 'ਚ ਉਹ ਚੱਲਦਾ ਟਰਾਂਸਫਾਰਮਰ ਦੀ ਪਰਲੀ ਸਾਈਡ 'ਤੇ ਉਹ ਖੂਹ ਯਾਨੀ ਉਹਨਾਂ ਦੇ ਹੁੰਦੇ ਆ ਵੀ ਚੱਲਦਾ ਦਾਂਤ 'ਚ ਜੁਏਂਦੇ ਹਨ ਲੋਕ ਪਾਣੀ ਨਾਲ ਭਰੇ ਹੁੰਦੇ ਹਨ ਟੈਂਕੀਆਂ ਬਣੀਆਂ ਹੋਈਆਂ ਅਤੇ ਉਹ ਪਾਣੀ ਛਾਣੀ ਹਿੰਦੂ ਵੀ ਮੁੜੀ ਥੂ ਪਾਣੀ ਲੈ ਜਾਂਦੇ ਹਨ ਆਪਣੇ ਟਾਈਮ ਦੇ ਮੁਤਾਬਿਕ ਅੱਛਾ ਇੱਥੇ ਮਤਲਬ ਢੇਰ ਵਸੇ ਵੀ ਮੁਸਲਮਾਨ ਹਨ ਜ਼ਿਆਦਾ ਅਕਸਰੀਅਤ ਮੁਸਲਮਾਨ ਮੁਸਲਮਾਨ ਅਤੇ ਕਿਹੜੀ ਕੌਮ ਜ਼ਿਆਦਾ ਵਸੇ ਵੀ ਹੈ ਮੁਸਲਮਾਨ ਜ਼ਿਆਦਾ ਕੌਮ ਜੀਤ ਮਹਾਰਤ ਦੋ ਨੰਬਰਦਾਰੀਆਂ ਨੰਬਰਦਾਰਾਂ ਦੇ ਨਾਂ ਕੀ ਹਨ ਉਸ ਨੰਬਰਦਾਰ ਗੁਲਾਮ ਕਾਦਰ ਪਹਿਲੇ ਸੁਲਤਾਨ ਹੈ ਨੰਬਰਦਾਰ ਫਿਰ ਗੁਲਾਮ ਕਾਦਰ ਹੋਇਆ ਹੁਣ ਹਾਲ ਇਕਬਾਲ ਹੈ ਦੂਜੀ ਨੰਬਰਦਾਰੀ ਜਿਹੜੀ ਉਹ ਹਾਜੀ ਪਹਿਲਵਾਨ ਬਾਰਾ ਉਹਦਾ ਫਿਰ ਬੇਟਾ ਹੋਇਆ ਮੁਹੰਮਦ ਅਲੀ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਉਹ ਅਲਤਾਫ ਹੈ ਛੋਟਾ ਸਾਰਾ ਉਸ ਲਈ ਯਾਨੀ ਕਿ ਇਹ ਵਜੀਆਂ ਵਾਲਾ ਮਤਲਬ ਕਿਹੜੀ ਆਬਾਦੀ ਆਈ ਵਜੀਆਂ ਵਾਲੇ ਤਕਰੀਬਨ ਉਸ ਆਬਾਦੀ ਐਡੀ ਵੱਡੀ ਨਾ ਆਈ ਛੋਟੀ ਆਈ ਇਹ ਚੌਕ ਨਹੀਂ ਇੱਕ ਅੱਗੇ ਚੌਕ ਹੈ ਬਸ ਉਸ ਤੋਂ ਪਰ ਜਿਹੜੀ ਹੁਣ ਆਬਾਦੀ ਵਧੀ ਉਹ ਤਾਂ ਬੇਸ਼ੁਮਾਰ ਹੋ ਗਈ ਇਹ ਮੁੜ ਸਾਰੇ ਲੋਕ ਮਤਲਬ ਉਸੇ ਖੂਹ ਤੋਂ ਪਾਣੀ ਭਰਿੰਦੇ ਹਨ ਕੋਈ ਤਰ੍ਹਾਂ ਨਲਕੇ ਨਾਲ ਜਿਹੜੇ ਪਹਿਲੇ ਸਾਬਕਾ ਲੋਕ ਹਨ ਹਿੰਦੂਆਂ ਦੇ ਹੁੰਦੇ ਆ ਉਹ ਪਾਣੀ ਇੱਥੋਂ ਭਰ ਕੇ ਪੀਂਦੇ ਆ ਸਾਰੇ ਨਲਕੇ ਛਲਕੇ ਕੋਈ ਨਾ ਲਾਉਂਦੇ ਉਦੋਂ ਉਸ ਦੀ ਹੱਦ ਉੱਥੇ ਉਹ ਤੀਸਰੇ ਚੌਕ ਮੁੜ ਮੁੱਕ ਜਾਂਦੀ ਹੈ ਛੋਟਾ ਚੱਕ ਹੈ ਆਬਾਦੀ ਰਕਬੇ ਦੇ ਲਿਹਾਜ਼ ਨਾਲ 113 ਮੁਰੱਬੇ ਦਾ ਚੱਕ ਇਹ ਜਿਸ ਦੀਆਂ ਦੋ ਨੰਬਰਦਾਰੀਆਂ ਹਾਜੀ ਪਹਿਲਵਾਨ ਸੁਲਤਾਨ ਵਿਜੀ ਹਾਜੀ ਪਹਿਲਵਾਨ ਬਾਰ ਬਾਕੀ ਅਕਸਰੀਤੀ ਤੌਰ 'ਤੇ ਵਿਜੀ ਜ਼ਿਆਦਾ ਜਮਾਰਤ ਬਾਰੇ ਥੋੜ੍ਹੇ ਆ ਬਾਕੀ ਕੌਮਾਂ ਤਾਂ ਛੋਟੀਆਂ ਮੋਟੀਆਂ ਹੋ ਸਕਣ ਰਾਹੀਂ ਕੰਮ ਕੌਮ ਆਈ ਕੰਮ ਥੋੜ੍ਹਾ ਥੋੜ੍ਹੇ ਅੱਛਾ ਤੁਸੀਂ ਇਹ ਦੱਸਿਆ ਵੀ ਇੱਥੇ ਖੂਹ ਹੁੰਦਾ ਹਾਂ ਯਾਨੀ ਕਿ ਉਸ ਪਾਣੀ ਪੀਂਦੇ ਬਿਲਕੁਲ ਖੂਹ ਹੁੰਦਾ ਦਾਂਤ ਜੁੱਪਦਾ ਜਿਹੜਾ ਕਿ ਉਹ ਪਾਣੀ ਦਿੰਦੇ ਅੱਛਾ ਅਤੇ ਮੁੜ ਆਟਾ ਸ਼ਾਟਾ ਕਿਵੇਂ ਪੀਂਦੇ ਆ ਆਟਾ ਚੱਕੀਆਂ ਅਕਸਰ ਚੱਕੀਆਂ ਗਾਰ ਹੁੰਦੀਆਂ ਇੱਕ ਚੱਕੀ ਮੁੜ ਮੋਹਲ ਵਾਲੀ 77-15 ਚੱਕ ਅੱਗੇ ਹੈ ਅੱਛਾ ਉਸੇ 'ਚ ਫਿਰ ਚੱਕੀ ਹੁੰਦੀ ਹੈ ਜਿਹੜੇ ਕਿ ਲੋਕ ਲੈ ਜਾਂਦੇ ਹਨ ਨਹੀਂ ਤਾਂ ਅਕਸਰ ਖਰਾਸ ਦਾਂਦਾਂ 'ਤੇ ਜੋ ਹੁੰਦੇ ਹਨ ਖਰਾਸ ਹਾਂ ਇੱਥੇ ਖਰਾਸ ਉਸ ਲਈ ਕੋਈ ਨਾ ਕਿਹਾ ਖਰਾਸ ਤਰਾਏ ਹਨ ਉਸ ਲਈ ਅੱਛਾ ਤਰਾਏ ਖਰਾਸ ਹਨ ਉਹਨਾਂ ਦੇ ਮਾਲਕ ਜਿਹੜੇ ਹਨ ਉਹ ਮੁਸਲਮਾਨ ਹਨ ਜਾਂ ਬਿਲਕੁਲ ਉਹ ਮੁਸਲਮਾਨ ਹਿੰਦੂ ਤਾਂ ਹੀ ਹੋ ਤੁਹਾਨੂੰ 4 ਬੰਦੇ ਦੱਸੇ ਉਹ ਜਿਹੜਾ ਕੋਈ ਜਿਹਨੇ ਕਾਰੋਬਾਰੀ ਮੈਂ ਦੁਕਾਨਦਾਰ ਹੀ ਹੈ ਇੱਥੇ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ ਉਹ ਜਿਹੜੇ ਖਰਾਸ ਹਨ ਬਣਾਏ ਹੋਏ ਉਹ ਕੋਈ ਆਟਾ ਲੈਂਦੇ ਹਨ ਤਕਰੀਬਨ ਸ਼ੇਰ ਲੈਣਾ ਮਾਣਦਾ ਦੋ ਲੈਣਾ ਪਤਾ ਠੀਕ ਹੈ ਆਪਣੇ ਜੋਗ ਆਪਣੀ ਲੈ ਮੈਂ ਜੋਗਾ ਲੈ ਖਰਾਸ ਤੇ ਪਿਆ ਤੇ ਗੱਲ ਲੈ ਬਸ ਲੈ ਜਾਂ ਘਰ ਚੱਕੀਆਂ ਹੋਏ ਨਾ ਅਕਸਰ ਉਹ ਜਿਹੜੇ ਮਾਈਆਂ ਕੋਈ ਭੀ ਵੀ ਲੈਂਦੇ ਘਰ ਅੱਛਾ ਹੁਣ ਤੁਸੀਂ ਯਾਦ ਕਰਕੇ ਦੱਸਿਆ ਵੀ ਉਹ ਜਿਹੜੇ ਦੁਕਾਨਦਾਰ ਜਿਹੜੇ ਹਨ ਇੱਥੇ ਹਿੰਦੂ ਜਿਹੜੇ ਹਨ ਉਹਨਾਂ ਦੇ ਨਾਂ ਕੀ ਹਨ ਇੱਕ ਆਈ ਧਰਮਚੰਦ ਠੀਕ ਹੋ ਗਿਆ ਦੂਆ ਛੋਟਾ ਧਰਮ ਜਾਂਦੀ ਆਈ ਇਹ ਤਾਂ ਦੋ ਹੋ ਗਏ ਜਿਨ੍ਹਾਂ ਦੀ ਜ਼ਮੀਨ ਇੱਕ ਤੀਸਰਾ ਪ੍ਰਕਾਸ਼ ਆਈ
ਤੇ ਚੌਥਾ ਮੈਨੂੰ ਯਾਦ ਨਹੀਂ, ਉਹ ਆਇਆ ਬਾਅਦ ਵਿੱਚ ਆਈ ਤੇ ਫਿਰ ਇਨਕਲਾਬ ਆ ਕੇ ਚਲਾ ਗਿਆ। ਠੀਕ ਹੋ ਗਿਆ। ਅੱਛਾ ਮੁੜ ਜਦੋਂ ਮਤਲਬ ਇੱਥੇ ਆਪਣੇ ਜਿਹੜੇ ਲੋਕਲ ਲੋਕ ਇਹਨਾਂ ਲੋਟੀਆਂ ਸੱਦੇ ਨੇ ਤੇ ਲੋਕਲ ਆਦਮੀ ਇੱਥੇ ਕੋਈ ਰੋਟੀ ਨਹੀਂ ਲੁੱਟੀ, ਜਿਹੜਾ ਕੋਈ ਉਹ ਪੁਰਅਮਨ ਤੌਰ 6 ਮਹੀਨੇ ਤੋਂ ਪਹਿਲੇ ਉਹ 3 ਮਹੀਨੇ ਬਲਕਿ 6 ਮਹੀਨੇ ਇੱਕ ਘਰ ਪਿੱਛੇ ਗਿਆ ਅਖੀਰ ਤੇ, ਇਹ ਜਿਹੜਾ ਛੋਟਾ ਧਰਮ ਜਾਂਦ ਕੇ ਆ ਨਾ ਉਹ ਬਾਅਦ ਵਿੱਚ ਗਿਆ ਮਹੀਨੇ ਦੋ ਬਾਅਦ, ਦੂਏ ਪਹਿਲੇ ਚਲੇ ਗਏ ਖਾਨੇ ਵਾਲ, ਕਿਉਂਕਿ ਇਨਕਲਾਬ ਦੌਰ ਤਾਂ ਸ਼ੁਰੂ ਹੋ ਗਿਆ ਨਾ ਉਸ ਵੇਲੇ, ਕਹਿੰਦੇ ਆਜ਼ਮ ਦੌਰ ਹੈ ਅਤੇ ਮੁਸਲਿਮ ਦੀ ਕਾਂਗਰਸ ਦਾ ਮਸਲਾ ਛਿੜੇ ਹੋਇਆ ਚਲੇ ਗਏ। ਅੱਛਾ ਮੁੜੇ ਦੱਸੋ ਵੀ ਤੁਸੀਂ ਉਸ ਤੋਂ ਬਾਅਦ ਉਹ ਪਤਾ ਨਹੀਂ ਸਾਨੂੰ ਬਈ ਮੈਂ ਤਾਂ ਛੋਟਾ ਹਾਂ ਉਸ ਵੇਲੇ ਨਹੀਂ ਪਤਾ ਬਈ ਉਸ ਵੇਲੇ ਕੀ ਹੋਇਆ ਕਿਤੇ ਗਏ ਕਿੱਥੇ ਗਏ, ਰਾਜਾਂ ਨੂੰ ਹੋਇਆ ਤੇ ਕੁਝ ਹੋਰਨਾਂ ਨੂੰ ਹੋਇਆ, ਲੇਕਿਨ ਬਾਅਦ ਵਿੱਚ ਉਹ ਜਿਹੜਾ ਰਕਬਾ ਦੋ ਮੁਰਬੇ ਉਹ ਲੋਕਲ ਬੰਦਿਆਂ ਮਕਾਮੀਆਂ ਖਰੀਦ ਲਿਆ। ਆਪਣੇ ਆਪ ਦੀ ਖੇਡਾਂ ਜਿਹੜੀਆਂ ਸਾਡੇ ਮਾਹੌਲ ਦੇ ਮੁਤਾਬਿਕ ਹੋਣੀਆਂ, ਉਹ ਯਾਨੀ ਕਬੱਡੀ ਸ਼ਬੱਡੀ ਖੇਡੇ ਛੋਟੇ ਬੱਚੇ, ਉਸ ਵੇਲੇ ਵਾਲੀਬਾਲ ਜਾਂ ਸਿਸਟਮ ਕੋਈ ਨਹੀਂ ਸੀ, ਇਹ ਨਹੀਂ ਸੀ ਹੁੰਦਾ। ਤੇ ਬਾਅਦ ਵਿੱਚ ਜਿਹੜਾ ਅਸੀਂ ਫਿਰ ਸਕੂਲ ਪੱਠੋ ਪੜਦੇ ਹਾਂ ਅਸੀਂ ਉੱਥੇ ਪ੍ਰਾਇਮਰੀ ਸਕੂਲ ਆਏ, ਦੋ ਹਿੰਦੂ ਜਾਂਦੇ ਹਨ, ਦੋ ਅਸਾਂ ਦੋ ਬੰਦੇ ਹਾਜੀ ਸ਼ੇਰ ਮੰਗਣ ਬਹੁਤ ਹੋ ਗਏ, ਇੱਕ ਮੈਂ ਆ, ਉਹ ਬੱਚੇ ਹਿੰਦੂ ਜਿਹੜੇ ਨਾ ਤੀਸਰੀ ਚੌਥੀ ਉਸ ਲਿਆ ਦੱਸਾਂ ਵੀ ਤੀਸਰੀ ਚੌਥੀ ਆ ਸਕੇ, ਉਹ ਇਨਕਲਾਬ ਆ ਗਿਆ, ਬੱਚੇ ਛੋੜ ਕੇ ਉਹ ਵੀ ਚਲੇ ਗਏ। ਇਸ ਤੋਂ ਬਾਅਦ ਜਿਹੜਾ ਆਮ ਖੇਡਾਂ ਕੀ ਆਉਂਦੀਆਂ ਸਕੂਲ ਤਾਂ ਖੇਡ ਕੋਈ ਨਾ ਆਉਂਦੀ, ਉਸ ਕੋਈ ਨਾ ਉਹ ਆਪਣੇ ਜਿਹੜੇ ਨਾਲ ਤੁਹਾਡੇ ਹਿੰਦੂਆਂ ਦੇ ਬਾਲ ਪੜ੍ਹਾਏ ਹੋਏ ਜਮਾਤੀ ਜਿਹੜੇ ਹਨ ਉਹਨਾਂ ਦੇ ਕੋਈ ਨਾਂ ਯਾਦ ਹੀ ਨਹੀਂ? ਉਹ ਇੱਕ ਆਈ ਸਿਕੰਦਰਾਬਾਦ ਦਾ ਮੁਲਤਾਨ ਵਾਲਾ ਸਿਕੰਦਰਾਬਾਦ ਵੀ ਉੱਥੋਂ ਦਾ ਆਈ, ਉਹਦੇ ਨਾਂ ਗੁਲਾਮ ਕਾਦਰ, ਉਹ ਸਭ ਪੜ੍ਹਾਈ ਨਹੀਂ, ਉਹ ਪਟੋਆ ਚੱਕ ਨੀ ਪਿੱਛੇ ਚੱਕ ਬੈਠ ਪੰਦਰਾਂ ਉੱਥੇ ਸਕੂਲ ਹੀ ਥਾ, ਇੱਥੇ ਸਕੂਲ ਕੋਈ ਨਹੀਂ ਸੀ, ਸਾਡੇ ਸਕੂਲ ਤਾਂ ਪੜ੍ਹਿਆ ਸਨ 52-53 ਚਾਰ ਪ੍ਰਾਇਮਰੀ ਸਕੂਲ, ਉਹ ਵੀ ਸਾਨੂੰ ਉਸ ਖਸੂਸੀ ਮਿਹਰਬਾਨੀ ਹੈ ਕੋਈ ਸਾਡਾ ਖਾਨਦਾਨ ਜਿਤਨੇ ਹਨ ਨਾ ਇੱਥੇ ਅਸੀਂ ਮੁਰੀਦ ਗਿਲਾਨੀਆਂ ਦੇ ਆਸੇ, ਉਸ ਵੇਲੇ ਦੌਰ 7 ਤਹਿਸੀਲ ਮੁਲਤਾਨ ਜ਼ਿਲ੍ਹੇ ਦੀਆਂ 7 ਤਹਿਸੀਲਾਂ, ਉਹਨਾਂ ਦਾ ਜਿਹੜਾ ਚੇਅਰਮੈਨ ਡਿਸਟ੍ਰਿਕਟ ਚੇਅਰਮੈਨ ਹੁੰਦਾ ਉਹ ਗਿਲਾਨੀ, ਪਹਿਲੇ ਤਾਂ ਉਸ ਵਲੈਤ ਹੁਸੈਨ ਆਇਆ, ਉਸ ਤੋਂ ਬਾਅਦ ਰਾਮ ਹੁਸੈਨ ਆ ਗਿਆ, ਇਹ ਸਕੂਲ ਪ੍ਰਾਇਮਰੀ ਸਾਨੂੰ ਰਾਮ ਹੁਸੈਨ ਦੇ ਗਿਆ। ਠੀਕ ਹੋ ਗਿਆ। ਅੱਛਾ ਇਹ ਜਿਹੜੀ ਤੁਸੀਂ ਆਖਦੇ ਮਸੀਦ ਜਿਹੜੀ ਇਹ ਮਸਜਿਦ ਆਪਣੀ ਬਣੀ ਚੱਕ ਦੇ ਵਿੱਚ ਇਹ ਕਦੋਂ ਦੀ ਬਣਾਈ? 1914 ਮਤਲਬ ਬਲਕਿ 1907 ਰਕਬੇ ਤਕਸੀਮ ਹੋ ਗਏ ਹਨ ਸਾਡੇ ਇੱਥੇ 15 ਐਲ ਦੇ, 14 ਜਿਹੜਾ ਯਾਨੀ 7-8 ਜੇ ਕੋਈ ਜਗ੍ਹਾ ਬਣਾਈ ਹੋਈ ਆ ਉਸ 10 ਮਰਲੇ, ਉਸ ਤੋਂ ਬਾਅਦ ਮਸਜਿਦ ਵਸੀ ਕੀਤੀ ਗਈ, ਯਾਨੀ ਜਗ੍ਹਾ ਹਾਈ ਨਾ ਅਤੇ ਹਿੰਦੂ ਚਲੇ ਗਏ ਤਾਂ ਫਿਰ ਮਸਜਿਦ ਵਸੀ ਕਰ ਦਿੱਤੀ ਗਈ ਜੀ। 1914 ਮੁਕੰਮਲ ਇਹ ਪੱਕੀ ਮਸਜਿਦ ਬਣ ਗਈ। ਠੀਕ ਹੋ ਗਿਆ। ਮਤਲਬ ਇੱਥੇ ਤੁਸੀਂ ਸਿਰਫ ਉਹਨਾਂ ਦਾ ਹੋਰ ਕੋਈ ਬਚਪਨ ਦੀ ਯਾਦਾਸ਼ਤ ਐਸਾ ਕੋਈ ਨਹੀਂ ਕਿ ਬਈ ਆਪਸੀ ਵਸੇ ਬਈ ਜਿਵੇਂ ਰਹਿੰਦੇ ਪਏ ਜਿਹੜੇ ਦੁਕਾਨਦਾਰ ਲੋਕ ਹਨ ਉਹਦਾ ਤੁਹਾਡੇ ਨਾਲ ਜੀ ਨਹੀਂ? ਕੋਈ ਕਾਰੋਬਾਰ ਉਹ ਆਪਣਾ ਕਰਦੇ ਹਨ ਲੇਕਿਨ ਲੋਕਾਂ ਨੂੰ ਮਕਰੂਜ਼ ਹੀ ਕਰਦੇ ਹਨ। ਠੀਕ ਹੈ। ਸਾਹੂਕਾਰ ਆ ਜਾਂਦੇ ਕਨਾਲ ਚ, ਸਾਹੂਕਾਰ ਕਿਸਮ ਦੇ ਲੋਕ ਹਨ, ਮਕਰੂਜ਼ ਹੀ ਹੁੰਦੇ ਹਨ ਸਾਡੇ ਲੋਕ, ਲੇਕਿਨ ਫਿਰ ਇਹ ਹੈ ਵੀ ਉਹਨਾਂ ਤੋਂ ਐਸਾ ਕੋਈ ਡਰੈਂਡ ਰਕਬਾ ਉਹਨਾਂ ਨਹੀਂ ਲਿਆ, ਯਾਨੀ ਉਹਨਾਂ ਦਾ ਆਪਣਾ ਰਕਬਾ ਜਿਹੜਾ ਉਹ ਬਾਅਦ ਹਿੰਦੂ ਆਏ ਤਕਸੀਮ ਹੋ ਗਏ, ਹਿੰਦੂ ਤਕਸੀਮ ਮੁਹਾਜਰਾਂ ਨੂੰ ਆਇਆ, ਮੁਹਾਜਰਾਂ ਤੋਂ ਬਾਅਦ ਉਹ ਅੱਜ ਲੋਕਲਾਂ ਬੋਲਣ ਦੋ ਮੇ ਗੁਰੂ। ਠੀਕ ਹੈ। ਅੱਛਾ ਇਹ ਦੱਸੋ ਕਿ ਵੀ ਜਿਵੇਂ ਉਸ ਵੇਲੇ ਰਿਵਾਜ ਹੁੰਦਾ ਵੀ ਜਦੋਂ ਬੰਦਾ ਬਾਲ ਕੋਈ ਦੁਕਾਨ 'ਤੇ ਸੌਦਾ ਲੈਣ ਵਹਿੰਦਾ ਉਹ ਸੌਦਾ ਤਾਂ ਲੈਂਦਾ ਹੀ ਹੈ ਲੇਕਿਨ ਦੁਕਾਨਦਾਰ ਨਾਲ ਵਹਿੰਦੀ ਵੱਧ ਕਿ ਬਾਹਰ ਨੂੰ ਮੱਛੀ ਟਾਫੀ ਕੁਟਾਂਗਰੀ ਮਾਂਗਰੀ ਕੋਈ ਪਤਾ ਸਾ ਇੰਨੇ ਵੈਸੇ ਦੇ ਛੁੜਿੰਦਾ ਹੈ ਜੀ। ਅਸਾਂ ਮੈਂ ਨਾ ਉਸ ਦੌਰੇ ਜਵਾਨੀ ਨਾਲ ਤਾਂ ਕੋਈ ਬਾਤ ਹੱਥ ਸਿਰ ਮੁਰੰਡਾ ਠੀਕ ਜਾਂਦਾ ਉਹ ਤਾਂ ਮਤਲਬ ਪੈਸੇ ਨਾਲ ਲੈਂਦੇ ਹਨ ਕਿੰਨੇ ਝੂੰਗਾ ਦੇਂਦੇ ਹਨ ਜਿਵੇਂ ਉਹ ਦੇਂਦੇ ਹਨ ਝੂੰਗਾ ਦੇਂਦੇ ਹਨ ਬੱਚਾ ਨਾਲ ਆ ਗਿਆ ਮਾਂ ਦੇ ਪਿਓ ਦੇ ਨਾਲ ਆ ਗਿਆ ਤੇ ਉਹ ਕੁਛ ਰਚਾ ਕੇ ਦੇ ਦਿੰਦੇ ਹਨ। ਠੀਕ ਹੈ।
ਐਡੇ ਸਖਤ ਬੰਦੇ ਨਾ ਉਹ ਹਿੰਦੂ ਲੋਕ ਜਿਹੜੇ ਸਖਤ ਨੇ ਨਰਮ ਦਿਲ ਢੇਰ ਮਤਲਬ ਜਿਹੜੀ ਦੁਕਾਨ ਤੇ ਤੁਸੀਂ ਛੋਟੇ ਹੁੰਦੇ ਸੌਦਾ ਲੈਣ ਵੇਂਦੇ ਹੋ ਕੋਈ ਨਾ ਯਾਦ ਪਾਉਂਦਾ ਵੀ ਕਿਹੜੀ ਦੁਕਾਨ ਤੇ ਢੇਰ ਬੰਦੇ ਉਹ ਰਾਮਦਾਸ ਹੁੰਦਾ ਉਹ ਰਾਮ ਚੰਦ ਦਾ ਬੇਟਾ ਰਾਮਦਾਸ ਉਹ ਇੱਕ ਮਾਈ ਆਈ ਉਹਦੇ ਨਾਂ ਆਈ ਮਾਈ ਗਾਬੀ ਬੁੜੀ ਸਵਾਣੀ ਉਹ ਬੜੀ ਹਸੀਨ ਔਰਤ ਆਈ ਬੁੜੀ ਆਈ ਉਸ ਵੇਲੇ ਸਾਡੇ ਲਿਹਾਜ਼ ਨਾਲ ਤਾਂ ਬਹੁਤ ਬੁੜੀ ਆ ਲੇਕਿਨ ਉਹ ਇਲਾਜ ਕਰੇਂਦੀ ਆ ਅੱਖਾਂ ਦਾ ਵੀ ਹਿੰਦੂ ਕੋਈ ਨਾ ਇੱਥੇ ਸਿੱਖ ਸਿੱਖਾਂ ਨੂੰ ਦੋ ਹਜ਼ਾਰ ਚੱਕਾਂ ਚ 79, 81, 82 ਸਿੱਖ ਜ਼ਿਆਦਾ ਅੱਛਾ ਉਸ ਵੇਲੇ ਦੀ ਕੋਈ ਯਾਦ ਹੋਏ ਕਿ ਬਈ ਜਿਵੇਂ ਹਾਲਾਤ ਵੀ ਖਰਾਬ ਹੋਏ ਇਸ ਇਲਾਕੇ ਦੇ ਵਿੱਚ ਅਤੇ ਜਦੋਂ ਇਹਨਾਂ ਨੂੰ ਲੱਗਣ ਗੱਲ ਸਿੱਖਣ ਵਿੱਚ ਜਾਣਾ ਪੈ ਗਿਆ ਉਹ ਯਾਦ ਹੋਵੇ ਸਭ ਤੋਂ ਪਹਿਲਾਂ ਹਾਲਾਤ ਕਿਹੜੇ ਪਾਸੇ ਖਰਾਬ ਚਲਾ ਗਿਆ ਹਾਲਾਤ ਇਸ ਤਰ੍ਹਾਂ ਬਈ ਸਾਨੂੰ ਅਸੀਂ ਛੋਟੇ ਜੋ ਯਾਦਾਸ਼ਤ ਕੁਛ ਰਹੀ ਕੁਛ ਨਾ ਰਹੀ ਯਾਨੀ ਸਿੱਖ ਜਿਹੜੇ ਹਨ ਉਹਨਾਂ ਨੇ ਉਸ ਦੌਰ ਵਿੱਚ ਇਨਕਲਾਬ ਦੇ ਦੌਰ ਵਿੱਚ ਜਿਹੜੇ ਵਣਜਾਰੀ ਜ਼ਿਆਦਾ ਨੁਕਸਾਨ ਹੋਇਆ ਵਣਜਾਰੀ ਨੁਕਸਾਨ ਹੋਇਆ ਮੁਸਲਮਾਨ ਹੀ ਮਰੇ ਅਤੇ ਲੋਟੀ ਵੀ ਪਈ ਮੁਸਲਮਾਨਾਂ ਨੂੰ ਫਿਰ ਫੌਜੀ ਆ ਕੇ ਫੌਜੀਆਂ ਉਹਨਾਂ ਦੇ ਬੰਦੇ ਮਾਰੇ ਮੁਸਲਮਾਨਾਂ ਦੇ ਯਾਨੀ ਉਹ ਲੋਟੀ ਲੁੱਟਣ ਨੂੰ ਗਿਆ ਹਟਾਇਆ ਉਹ ਤਾਂ ਹੈ ਥੋੜ੍ਹਾ ਥੋੜ੍ਹਾ ਯਾਦ ਬਈ ਬੰਦੇ ਆ ਕੇ ਗੱਲ ਕਰਦੇ ਹਨ ਸਾਨੂੰ ਬਈ ਅੱਜ ਇਤਨਾ ਮਰ ਗਿਆ ਉਹ ਮਰ ਗਿਆ ਪਰ ਮਰ ਗਿਆ ਹੋਰ ਇਹ ਬਾਕੀ ਚੱਕ ਚਾਰ ਪੰਜ ਜਿਹੜੇ ਸਿੱਖਾਂ ਦੇ ਹਨ ਇੱਥੋਂ ਵਾਲੇ ਪਰ ਚੰਨੂ ਦੇਰ ਤੋਂ ਜ਼ਿਆਦਾ ਹਨ ਉਹ ਚੱਕ ਜਿਹੜੇ ਹਨ 83, 84, 82, 85 ਇਹਨਾਂ ਇਹਨਾਂ 'ਚ ਸਿੱਖ ਜ਼ਿਆਦਾ ਹਨ 79 ਚੂੰਕਿ ਮਿਡਲ ਸਕੂਲ ਆਏ ਉਹ ਬਾਅਦ ਵਿੱਚ ਹਾਈ ਬਾਅਦ ਵਿੱਚ ਪੜਿਆ ਉਹ ਮਿਡਲ ਸਕੂਲ 'ਚ ਯਾਨੀ ਉੱਥੇ ਸਿੱਖਾਂ ਦੇ ਅਕਸਰੀਅਤ ਆਈ ਬਈ ਉਹ ਵਡੇਰੇ ਹਨ ਇੱਕ ਯਾਦ ਹੈ ਬਈ ਮੇਰੇ ਵਾਲਦ ਨਾਲ ਇੱਕ ਸਿੱਖ ਤਾਲਕ ਆਈ ਉਹਦਾ ਨਾਂ ਉਹ ਆਈ ਰਿਟਾਇਰ ਥਣਦਾਰ ਆਈ ਰਿਟਾਇਰ ਅੱਜ ਵੀ ਉਹ ਥਣਦਾਰ ਦੀ ਪੈਣੀ ਮਸ਼ਹੂਰ ਹੈ ਹੁਣ ਰਿਟਾਇਰ ਮੁਰਬੇ ਉਹਦਾ ਰਕਬਾ ਆਈ ਦੋ ਬੇਟੇ ਉਹਦੇ ਵਾਸਤੇ ਇੱਕ ਕੈਪਟਨ ਆ ਇੱਕ ਮੇਜਰ ਇੰਗਲਿਸ਼ ਦੌਰ ਹੈ ਉਹ ਜਦੋਂ ਅਖੀਰ 'ਤੇ ਇਨਕਲਾਬ ਹੋ ਗਿਆ ਨਾ ਅਤੇ ਉਹ ਵੱਡੀਆਂ ਬੁੱਢੀਆਂ ਦੇ ਬੈਠੇ ਭੱਜ ਗਏ ਰੱਖ ਗਏ ਕਿਤੇ ਦੇ ਗਏ ਮਾਲ ਦੇ ਗਏ ਵੱਡੀਆਂ ਦੇ ਗਏ ਦਸਤੀ ਦੇ ਗਿਆ ਉਹ ਬੰਦਾ ਬੰਦਿਆਂ ਦੋਸਤਾਂ ਨੂੰ ਸੱਜਣ ਪਤਾ ਕੇ ਮਾਲ ਹੀ ਚਲਾ ਗਿਆ ਉਹ ਸਾਡੇ ਕੋਲ ਜੀ ਵਾਲਦ ਸਾਹਿਬ ਕੋਲ ਆਰ 8 ਦੇ ਰਹੇ ਹਨ ਇੱਥੇ ਆਖੇ ਅਤੇ ਆਪਦਾ ਖਾਨਦਾਨ ਉਹਦੇ ਫੌਜੀ ਪੁੱਤਰਾਂ ਨੂੰ ਲਾਏ ਗਏ ਉਹ ਚਲੇ ਗਿਆ ਜਲੰਧਰ ਅਤੇ ਵਾਲਦ ਸਾਹਿਬ ਨਾਲ ਉਸ ਥਣਦਾਰ ਦਾ ਬੜਾ ਤਲਕ ਆਈ ਉਹ ਸਾਡੇ ਕੋਲ 8 ਦੇ ਰਿਹਾ 8 ਦੇ ਤੋਂ ਬਾਅਦ ਉਸ ਨੂੰ ਵਾਲਦ ਸਾਹਿਬ ਅਤੇ ਇੱਕ ਮੇਰਾ ਚਾਚਾ ਆਈ ਸ਼ਾਹ ਮੁਹੰਮਦ ਉਹ ਇਹਨਾਂ ਨੂੰ ਕੈਂਪ ਵਿੱਚ ਬੂਰੇ ਵਾਲੇ ਪੜਾ ਆਇਆ ਫਿਰ ਪਤਾ ਨਹੀਂ ਲੱਗਾ ਉਹ ਬੁੱਢਾ ਰਹੀ ਸਬੰਧਾ ਅਤੇ ਉਹਦਾ ਸਰਦਾਰ ਦਾ ਨਾਂ ਕੀ ਥਣਦਾਰ ਦਾ ਉਹ ਥਣਦਾਰ ਦਾ ਨਾਂ ਆਈ ਯਾਦ ਕੋਈ ਨਹੀਂ ਆਪਾਂ ਕਦੇ ਪੁੱਛਣਾ ਪੈ ਗਿਆ ਨਾ ਕਦੀ ਅੱਜ ਤੱਕ ਤੁਹਾਡੇ ਕੋਲ ਕਦੀ ਯਾਦ ਹੀ ਨਹੀਂ ਮਸਲਾ ਇਹ ਯਾਦਾਸ਼ਤ ਆ ਕਿ ਉਹਦਾ ਕੋਈ ਪੁੱਛਦਾ ਰਹੇ ਯਾਦ ਇਸ ਤਰ੍ਹਾਂ ਵੀ ਉਹ ਬੜਾ ਅਸੀਨ ਬੰਦਾ ਬੱਗੀ ਦਾੜੀ ਸਫੈਦ ਗੋਰਾ ਨਿਸ਼ੋ ਹੁੰਦਾ ਲੇਕਿਨ 8 ਦੇ ਸਾਡੇ ਘਰ ਰਿਹਾ ਸਾਨੂੰ ਪਤਾ ਹੈ ਲੇਕਿਨ ਉਹ ਨਫ਼ਰਤ ਨਾਨ ਕਰੇ ਉਹਦੇ ਖਾਵਣ ਪੀਵਣ ਦੀ ਬਈ ਇਹ ਨਹੀਂ ਹੈ ਤੇ ਨਹੀਂ ਤੇ ਕੋਈ ਨਹੀਂ ਇਹ ਉਸ ਨੂੰ ਫਿਰ ਬੂਰੇ ਵਾਲੇ ਪਹੁੰਚਾ ਤਾਂ ਕੈਂਪ ਉਹ ਚਲਾ ਗਿਆ ਫਿਰ ਬਾਅਦ 'ਚ ਇੱਕ ਵਾਰੀ ਖੱਤ ਆਇਆ ਵਾਲਦ ਸਾਹਿਬ ਦੇ ਨਾਂ ਵੀ ਅਸੀਂ ਠੀਕ ਪਹੁੰਚ ਗਏ ਖਾਨਦਾਨ ਸਾਡਾ ਪਹੁੰਚ ਗਿਆ ਬਹਾਪੁਰ ਅਮਨ ਬੈਠਿਆ ਬਾਅਦ ਇਹ ਫਿਰ ਅਤੇ ਉਹ ਜਿਹੜਾ ਤੁਸੀਂ ਦੱਸਦੇ ਮੈਂ ਬਣਾਉਂਦੇ ਹੋ ਬ੍ਰਿਟਿਸ਼ ਆਰਮੀ ਦੇ ਵਿੱਚ ਮੇਜਰ ਹੈ ਸਨ ਉਹ ਬੇਟੇ ਮਾਂਦੇ ਕੋਈ ਨਾਂ ਯਾਦ ਉਹ ਇੱਕ ਆਈ ਕਲੰਦਰ ਸਿੰਘ ਕਲੰਦਰ ਸਿੰਘ ਇੱਕ ਦੇ ਨਾਂ ਆਈ ਉਹੀ ਜਿਹਾ ਕੋਈ ਨਾਂ ਠੀਕ ਹੋ ਗਿਆ ਅੱਛਾ ਯਾਦ ਨਹੀਂ ਮੈਂ ਠੀਕ ਹੋ ਗਿਆ ਅੱਛਾ ਉਹ ਕੈਪਟਨ ਆ ਜਿਹੜਾ ਕਲੰਦਰ ਸਿੰਘ ਅੱਛਾ ਮੁੜ ਤੁਸੀਂ ਕਿੱਥੇ ਤੱਕ ਪੜ੍ਹੇ ਅਸੀਂ ਪੜ੍ਹੇ ਪੰਜ ਦਾ ਸਕੂਲ ਆਈ ਉਹ ਜਿਸੇ ਇਨਕਲਾਬ ਆ ਗਿਆ ਨਾ ਅਤੇ ਇਨਕਲਾਬ ਤੋਂ ਬਾਅਦ ਜਿਹੜਾ ਅਸਾਂ ਤੀਸਰੀ ਚੌਥੀ
ਪੈਂਹਠ 15 ਪੱਠੋਂ ਪੜ੍ਹੀ। ਫਿਰ ਉਹ ਤਾਂ ਚਲੇ ਗਿਆ, ਫਿਰ ਬਾਅਦ ਵਿੱਚ ਅਸਾਂ ਸਾਡਾ ਸਕੂਲ ਬਣ ਗਿਆ, ਬਾਅਦ ਡਿਸਟ੍ਰਿਕਟ ਸਕੂਲ ਨੇ ਬਣਾ ਦਿੱਤਾ, ਪ੍ਰਾਇਮਰੀ ਸਕੂਲ ਬਣਿਆ। ਉਹ ਵੀ ਇਸ ਤਰ੍ਹਾਂ ਬਣਿਆ ਕਿ ਇੱਥੇ ਜਿੱਥੇ ਦਰਸੇ ਨਾ, ਤੁਸੀਂ ਪਤਾ ਵੇਖਿਓ, ਦਰਸੇ ਇਸੇ ਰੋਡ ਦੇ ਉੱਤੇ ਦਰਸੇ ਬੜਾ ਵੱਡਾ। ਇੱਥੇ ਇੱਕ ਐਸਾ ਦੌਰ ਹੈ ਬਈ, ਸਾਡੇ ਚੱਕ ਦੇ ਵਿੱਚ ਪਾਣੀ ਦੀ ਜਿਸ ਵੇਲੇ ਕਮੀ ਆਈ ਨਾ, ਉੱਥੇ ਇੱਕ ਤਲਾਅ ਬਣਿਆ। ਉਸ ਤਲਾਅ ਦੇ ਬਾਹਰੋਂ ਚਾਰ ਦੀਵਾਰੀ ਆਈ ਬੜੀ ਉੱਚੀ, ਜਿੱਥੋਂ ਸਾਡੇ ਲੋਕ ਨਹਿਰੀ ਪਾਣੀ ਸਾਫ਼ ਕਰਕੇ ਪੀਂਦੇ। ਉਹ ਨਹਿਰੀ ਪਾਣੀ ਤਲਾਅ ਤੋਂ, ਫਿਰ ਬਾਅਦ ਜੋ ਤਲਾਅ ਜਿਹੜਾ ਡੰਗਰਾਂ ਵਾਸਤੇ ਹੋ ਗਿਆ, ਕੋਈ ਲੋਕ ਇਹ ਖੂਹ ਚੱਲ ਗਿਆ ਸਾਡਾ ਆਇਆ ਜਿਹੜਾ, ਇਹ ਖੂਹ ਚੱਲ ਗਿਆ। ਉਸ ਤੋਂ ਬਾਅਦ ਜਿਹੜਾ ਸਾਡਾ ਸਕੂਲ ਬਣਿਆ ਪ੍ਰਾਇਮਰੀ ਸਕੂਲ, ਉਹ ਗਿਲਾਨੀਆਂ ਦਿੱਤਾ 53 ਸਨ, 53 'ਚ। ਬਾਕੀ ਤਾਲੀਮ ਅਸਾਂ ਇੱਥੇ 5 ਇੱਥੇ ਕੀਤੀਆਂ, ਫਿਰ 8 79 ਜਾ ਕੇ ਕੀਤੀ। 79 ਅੱਛਾ, ਇਹ ਜਿਹੜਾ ਇੱਥੇ ਇਹ ਜਿਹੜਾ ਸਰ ਸ਼ਮੀਰ ਸਟੇਸ਼ਨ ਹੈ, ਇੱਥੋਂ ਖਾਨੇਵਾਲ ਤੋਂ ਪਰਲੇ ਪਾਸੇ ਮਖਦੂਮਪੁਰ ਦੇ ਦਰਮਿਆਨ ਇੱਕ ਸਟੇਸ਼ਨ ਬਣਿਆ ਹੋਇਆ, ਮੁਨੀਰ ਸ਼ਹੀਦ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੈ? ਕੋਈ ਮਖਦੂਮਪੁਰ ਤੋਂ ਅੱਗੇ ਜਾਂ ਪਿੱਛੇ? ਮਖਦੂਮਪੁਰ ਅਤੇ ਖਾਨੇਵਾਲ ਦੇ ਦਰਮਿਆਨ ਇੱਕ ਛੋਟਾ ਜਿਹਾ ਸਟੇਸ਼ਨ ਹੈ। ਅੱਛਾ, ਨਹੀਂ ਉਹਦਾ ਤਾਂ ਮੈਂ ਨਹੀਂ, ਉਹ ਤਾਂ ਹੈ, ਮੈਂ ਤਾਂ ਰਹੇ ਹੀ ਕੋਈ ਕਹਿ ਦੋ, ਮੁੜ ਵੈਸੇ ਖਤਮ ਹੋ ਗਿਆ ਹੋਵੇ, ਕਿਆ ਪਤਾ ਪੈਸੇ ਹੋਰ ਥੋੜ੍ਹਾ। ਹੁਣ ਤੁਸੀਂ ਦੱਸਣ ਦੇ ਪਿਆ ਕਿ ਬਈ ਹਿੰਦੂ ਬੱਚੇ ਤੁਹਾਡੇ ਨਾਲ ਕਲਾਸ ਫੈਲੋ ਹਨ, ਅਤੇ ਕੋਈ ਬਚਪਨ ਦੀ ਕੋਈ ਯਾਦਦਾਸ਼ਤ, ਕੋਈ ਐਸੀ ਗੱਲਬਾਤ ਸ਼ੇਅਰ ਕਰਨਾ ਚਾਹੋ, ਤੁਸੀਂ ਕਰ ਸਕਦੇ ਹੋ, ਰਿਕਾਰਡ ਹੋ ਜਾਵੇ, ਜਿਵੇਂ ਬੱਚੇ ਸ਼ਰਾਰਤਾਂ ਕਰਦੇ ਨੇ, ਕੋਈ ਲੜਾਈਆਂ, ਕੋਈ ਬੱਚੇ ਦੀ ਜਿਵੇਂ ਉਸ ਤਰ੍ਹਾਂ ਹੈ ਨਾ ਬਈ, ਅਸੀਂ ਜਾਣਦੇ ਹਾਂ ਹਾਜੀ ਸ਼ੇਰ ਮੁਹੰਮਦ ਇਸ਼ਤੀ ਬਹੁਤ ਹੋ ਗਿਆ, ਮੈਂ ਤਾਂ ਉਹ ਰਲੇ ਜਾਂਦੇ, ਉਹ ਹਿੰਦੂ ਜਾਂਦੇ ਹਨ ਬੱਚੇ। ਉਹ ਇੱਕ ਐਸਾ ਰੋਡ ਕੱਚਾ ਆਈ ਉਸ ਵੇਲੇ 65 ਨੂੰ ਜਾਂਦੇ ਹਾਂ, ਰੋਡ ਕੱਚਾ ਜੰਗਲ ਹੁੰਦਾ, ਥੋੜ੍ਹਾ ਜੰਗਲ ਦੇ ਵਿੱਚੋਂ ਇੱਕ ਰਸਤਾ ਹੀ ਹੁੰਦਾ ਛੋਟਾ ਜਿਹਾ, ਝਾੜ ਝੋੜ ਦੇ ਜੰਗਲ ਡੰਡੀਆਂ ਝਾੜੀਆਂ ਦੇ ਵਿੱਚੋਂ ਇੱਕ ਰਸਤਾ ਬਣਿਆ ਹੁੰਦਾ। ਅਸੀਂ ਸਕੂਲ ਜਾਵੀਆਂ ਨਾ, ਉਹ ਹਿੰਦੂ ਜਿਹੜੇ ਬੱਚੇ ਹਨ ਉਹ ਡਰਦੇ ਬੜੇ ਹਨ, ਉਹ ਸਾਡੇ ਨਾਲ ਜਾਵੇ ਨਾ ਜਾਂ ਅਸੀਂ ਅੱਗੇ ਪਿੱਛੇ ਚੱਲੇ ਜਾਵਾਂ ਤਾਂ ਡਰਦੇ ਹਨ ਮੁੜ, ਉਹ ਮੁੜ ਬੱਚੇ ਉਹਨਾਂ ਦਾ ਪਿਓ ਜਾਂ ਕੋਈ ਅਪੜਾ ਆਉਂਦਾ ਜਾ ਕੇ ਜਾਂ ਅੱਗੇ ਪਿੱਛੇ ਚੱਲੇ ਜਾਂਦੇ ਹਨ। ਉਹਦੀ ਵਜ੍ਹਾ ਹੈ ਕਿ ਇੱਕ ਕੌਮ ਦਾ ਹਾਈ ਬਾਰਾ, ਉਹ ਡਾਚੀ 'ਚ ਰਹਿੰਦਾ, ਉਹ ਜੰਗਲ ਸੜਕ ਦੇ ਉੱਤੇ, ਉਹ ਰੋਡ ਦੇ ਨਾਲ ਨਾਲ ਸੜਕ ਹੈ, ਕੱਚੀ ਰਸਤਾ ਬਣਿਆ ਹੋਇਆ ਰੋਡ ਇਲਾਵਾ, ਉਹ ਉਹਨਾਂ ਤੋਂ ਰੋਟੀਆਂ ਖੋ ਲੈਂਦਾ ਬੱਚਿਆਂ ਤੋਂ, ਉਹ ਡਰਦੇ ਹਨ ਛੋਦੇ, ਉਹ ਮੁੜ ਸਾਡੇ ਨਾਲ ਜਾਵੇ ਨਾ, ਸਾਡੇ ਨਾਲ ਜਾਵੇ ਨਾ, ਮੁੜ ਉੱਥੇ ਇੱਕ ਦੁਕਾਨਦਾਰ ਆ ਉਹਨੂੰ ਸ਼ਿਕਾਇਤ ਕਰੇ ਨਾ, ਉਹ ਉਹਨਾਂ ਦਾ ਕੋਈ ਵਡੇਰਾ ਆਈ, ਉਹ ਉਹਨਾਂ ਨੂੰ ਨਿਮਾਸ਼ੀ ਗਾਲੀ ਪੋਲੇ ਕਰੇ ਆ, ਲਾਲਾ ਪੂਜਾ ਬਈ ਤਾਂ ਹਿੰਦੂਆਂ ਦੀ ਰੋਟੀ ਇੱਕ ਵਾਰ, ਉਸਤਾਦ ਨੂੰ ਗੱਲ ਕਰੀ ਆ, ਉਸਤਾਦ ਆਦਾ ਬਈ ਇਹ ਤਾਂ ਜ਼ਿਆਦਤੀ ਹੈ ਬਈ, ਔਰ ਨੰਬਰਦਾਰ ਨੂੰ ਛੱਡਿਆ, ਉਸਨੂੰ ਬੁਲਾ ਕੇ ਆਖਿਆ ਬਈ ਇਹ ਬੰਦੇ ਨੂੰ ਰੋਕੋ ਬਈ, ਇਹ ਬੱਚੇ ਵੀ ਜੀਆਂ ਵਾਲੇ ਚਾਰ ਪੰਜ ਆਉਂਦੇ ਅਤੇ ਉਹਨਾਂ ਨੂੰ ਇਹ ਤੰਗ ਕਰਿਆ, ਉਹਨਾਂ ਬਾਅਦ ਵਿੱਚ ਉਹਨਾਂ ਨੂੰ ਰੋਕਿਆ, ਖਲੋ ਰਿਹਾ ਉਸ ਸਿਰਫ। ਅੱਛਾ ਦੱਸੋ ਬਈ, ਜਿਵੇਂ ਸਕੂਲ ਵਿੱਚ ਆਪਣੇ ਹੁਣ ਅਸੈਂਬਲੀ ਦੀ ਦੁਆ ਪੜ੍ਹਦੇ ਹਨ, ਉਸ ਲਈ ਤੁਹਾਡੇ ਜ਼ਮਾਨੇ ਕਿਹੜੀ ਦੁਆ ਪੜ੍ਹਦੇ ਹੁੰਦੇ? ਲੱਭ ਪਿਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ, ਕੋਰਸ ਇੱਕ ਆਉਂਦਾ, ਕਿਤਾਬ ਇੱਕ ਆਉਂਦੀ ਆ, ਜੋਗ੍ਰਾਫੀਆ ਜੋ ਕੁਛ ਵੀ ਆਈ ਨਾ ਉਸ ਵਕਤ ਦਾ ਸਬਜੈਕਟ ਸਾਰਾ ਇੱਕੋ ਹੀ ਹੁੰਦਾ ਹਿੰਦੂਆਂ ਮੁਸਲਮਾਨਾਂ ਵਾਸਤੇ, ਕੋਈ ਫਰਕ ਨਾ। ਵੈਸੇ ਉੱਥੇ ਹਿੰਦੂ ਡਾਕਟਰ ਆਏ, ਉੱਥੇ ਹਿੰਦੂ ਤਾਂ ਐਡੇ ਕਈ ਨਾ, ਉਸ ਚੱਕ ਕੇ ਇੱਕ ਡਾਕਟਰ ਆਈ ਉਹ, ਜਿਹੜਾ ਕਿ ਉਹ ਬੱਚਿਆਂ ਹਿੰਦੂਆਂ ਨੂੰ ਫਿਰ ਉਹ ਉਸਤਾਦ ਨੂੰ ਆ ਕੇ ਉਹ ਗੱਲ ਕਰੇ ਹੁੰਦਾ ਵੀ ਇਹਨਾਂ ਨੂੰ ਤਕਲੀਫ ਹੈ, ਕੋਈ ਤਕਲੀਫ ਦਾ ਪਾਪਾ। ਅੱਛਾ, ਹੁਣ ਇਹ ਜਿਹੜੇ ਮਤਲਬ ਤੁਸੀਂ ਕਦੀ ਉਹਨਾਂ ਹਿੰਦੂਆਂ ਦੇ ਘਰ ਵੀ ਲੱਗੇ ਪੈਂਦੇ ਆ ਜਦੋਂ? ਜੀ ਅਸੀਂ ਜਾਂਦੇ ਅਸੀਂ, ਕੋਈ ਪ੍ਰੇਰ ਪਰੋਸ ਕਰਦੇ ਉਹ, ਜਿਵੇਂ ਉਹਨਾਂ ਦੇ ਜਿਵੇਂ ਘਰ ਬੱਚੇ ਹਨ, ਉਹ ਮੁੜ ਕੋਈ ਜ਼ਰੂਰਤ ਸ਼ਾਇਦ ਲੈਣੀ ਦੇਣੀ ਹੋਵੇ ਤਾਂ ਘਰ ਚਲੇ ਜਾਂਦੇ ਅਸੀਂ, ਉਹਨਾਂ ਉਹਦੀ ਪਰਦਾ ਉਹਨਾਂ ਦਾ ਕੋਈ ਨਾ ਹੋਵੇ। ਨਹੀਂ ਇੱਕ ਹੁੰਦਾ ਜਿਵੇਂ ਉਹਨਾਂ ਨੂੰ ਇੱਕ ਚੌਕਾ ਸੱਦੇ ਨੇ ਜਿੱਥੇ ਉਹਨੇ ਚੌਕੇ ਚੌਕੇ ਜਾਂ ਸੰਗਤ ਦੀ ਨਾ ਸਿਵੜੇ ਬਈ, ਮਸਲਾ ਅੰਦਰ ਗਿਆ ਗੇਟ ਦੇ, ਆਵਾਜ਼ ਦਿੱਤੀ ਬਈ ਆਹ ਚੀਜ਼ ਜ਼ਰੂਰਤ ਲੈ ਲਓ ਜਾਂ ਦੇ ਲਓ ਜਾਂ ਉਹ ਹੈ, ਉਹ ਅਸੀਂ ਚਲੇ ਜਾਂਦੇ। ਚਲੋ ਜੀ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਉਸ ਵੇਲੇ ਦੀਆਂ ਗੱਲਾਂ ਦੱਸੀਆਂ, ਅੱਲਾਹ ਦਾ ਖੁਸ਼ ਰੱਖੇ। ਕੋਈ